बसमिल्ल रहीम शुरू अल्लाह के नाम से जो नहाय ही मेहरबान और करम करने वाला है तो दोस्तों आप देख रहे हैं अपना यूट्यूब चैनल नीली रावी फार्मिंग एंड फेसबुक पेज सबसे पहले दोस्तों से रिक्वेस्ट है यार ये थोड़ा तो अपना चैनल है इस न्यादा से तो ज़्यादा करो सबसक्राइब तो नाल ही घंटी का बटन जड़ा है वो प्रेस कर दौ ਇੰਦੇ ਤੇ ਛੋਟੀ ਕਟੀਆਂ ਵੱਡੀ ਕਟੀਆਂ ਖੰਗਣ ਮੱਜੀ ਹਰ ਚੀਜ਼ ਦੀ ਅਪਡੇਟ ਇੱਕ ਦਿਨ ਛੱਡ ਕੇ ਆਉਂਦੀ ਰਹਦੀ ਹੈ ਤੇ ਦੋਸਤੋ ਚੈਨਲ ਜ਼ਿਆਦਾ ਸਬਸਕ੍ਰਾਈਬ ਕਰਨਾ ਹੈ ਤੇ ਅੱਜ ਇਹ ਆਪਣੇ ਕੋਲ 17 ਕਟੀਆਂ ਨੇ ਕੋਈ ਬੰਦਾ 10 ਵੱਡੀਆਂ ਲੈਣਾ ਚਾਵੇ ਛੋਟੀਆਂ ਲੈਣਾ ਚਾਵੇ ਜਾਂ ਸਾਰੀ ਲਾਟ ਚੁਕਣਾ ਚਾਵੇ ਤੇ ਖਰੀਦ ਸਕਦਾ ਹੈ ਤੁਹਾਨੂੰ ਪਤਾ ਹੈ ਹਮੇਸ਼ਾ ਨਹੀਂ ਤਰ੍ਹਾਂ ਮਾਸ਼ੱਲਾ ਮਾਲ ਆਪਾਂ ਸਾਫ਼ ਸੁਥਰਾ ਤੇ ਗਰੰਟੀ ਵਾਲਾ ਦਿੰਨੇ ਆ ਤੇ ਪਿਓ ਨੀਲੀ 라ਵੀ ਦਾ ਦਿੰਨੇ ਆ ਐਵੇਂ ਉਹਾਂ ਪਰ ਆਪਾਂ ਮਾਲ ਨਹੀਂ ਦਿੰਦੇ ਨਾ ਹੀ ਆਪਾਂ ਲੈਂਦੇ ਆ ਤੇ ਇੱਕ ਇੱਕ ਚੀਜ਼ ਦੀ ਦੋਸਤੋ ਤਸੱਲੀ ਕਰ ਲੈਣੀ ਹੈ ਕਟੀਆਂ ਵੇਖ ਲਓ ਠੀਕ ਹੈ ਵਿੱਚ ਸਾਡੇ 3 ਮਣ ਵਾਲੀਆਂ ਵੀ ਕਟੀਆਂ ਨੇ 2.5 ਮਣ ਤੋਂ ਘੱਟ ਕੋਈ ਕੱਟੀ ਵੀ ਨਹੀਂ ਸਾਰੀਆਂ ਗੋਸ਼ਤ 2.5 ਮਣ ਤੋਂ ਪਾਸ ਨੇ 3 ਮਣ ਸਵਾ 3 ਮਾਣਾ ਵੇਲੋ ਵਿੱਚ ਸਾਡੇ 3 ਮਣ ਵਾਲੀਆਂ ਵੀ ਨੇ ਠੀਕ ਹੈ ਤੇ ਇਹ ਕੱਡੀ ਵਾਲੀਆਂ ਨੇ ਦੋਸਤੋ ਤਸੱਲੀ ਕਰੋ ਸਾਰੀਆਂ ਹੀ ਇਹ ਕੱਡੀ ਵਾਲੀਆਂ ਨੇ ਤਸੱਲੀ ਕਰ ਲਓ ਆਨਲਾਈਨ ਕੋਈ ਵੀ ਬੰਦਾ ਤੁਸੀਂ ਇਸ ਖਦਮ ਕੋਲੋਂ ਪਰਚੇਸ ਕਰ ਸਕਦੇ ਹੋ ਖਰੀਦ ਸਕਦੇ ਹੋ ਇਹ ਅਵੇਲੇਬਲ ਨੇ ਕੋਈ ਬੰਦਾ ਵੀ ਆ ਕੇ ਸੌਦਾ ਕਰ ਸਕਦਾ ਹੈ ਡੇਰੇ ਤੇ ਹੋਣਾ ਚਾਹਵੇ ਮੌਜੂਦਾ ਪਤਾ ਉੱਥੇ ਵੀ ਆ ਕੇ ਵੇਖ ਕੇ ਤਸੱਲੀ ਕਰ ਇਹ ਉਹਨਾਂ ਨੂੰ ਬੈਕ ਸਾਈਡ ਵਿਖਾ ਦਿੱਤੀ ਹੁਣ ਇਹਨਾਂ ਦਾ ਤੁਹਾਨੂੰ ਮੈਂ ਸਿਰ ਸਿੰਘ ਇੱਕ ਇੱਕ ਚੀਜ਼ ਤਫਸੀਲ ਨਾਲ ਖੈਣਾ ਛੋਟੀ ਵੇਲ ਵਾਲੀ ਨਹੀਂ ਨੀਲੀ ਪਿਓ ਨੀਲੀ ਦੀਆਂ ਨੀਲੀ ਰਾਵੀ ਦੀਆਂ ਕਟੀਆਂ ਨੇ ਕੋਈ ਛੋਟੀ ਵੇਲ ਵਾਲੀ ਸਿੰਘ ਵੇਖੋ ਨਿੱਕੇ ਨਿੱਕੇ ਸਿੰਘ ਬਿਲਕੁਲ ਖੂਬਸੂਰਤ ਕਟੀਆਂ ਨੇ ਦੋਸਤੋ ਇਹ ਤੁਹਾਡੇ ਵਾਸਤੇ ਅਵੇਲੇਬਲ ਨੇ ਮਾਸ਼ਾਅੱਲਾ ਅਗਲੇ ਦਿਨ ਵੀਡੀਓ ਆਈ ਹੈ 1 ਮਿੰਟ ਅੱਧੇ ਘੰਟੇ ਆਪਣੀਆਂ ਕਟੀਆਂ ਸੇਲ ਹੋ ਗਈਆਂ ਨੇ ਇਹ ਨਵਾਂ ਫਰੈਸ਼ ਮਾਲ ਆਇਆ ਹੈ ਤੇ ਦੋਸਤਾਂ ਨੂੰ ਆਖਿਆ ਫਰੈਸ਼ੀ ਅਪਡੇਟ ਵੀ ਦੇ ਦੇਣੇ ਦੋਸਤੋ ਇੱਕ ਇੱਕ ਚੀਜ਼ ਹਰ ਚੀਜ਼ ਦੀ ਜ਼ਿੰਮੇਵਾਰੀ ਅਠਾ ਨੇ ਨਾ ਦੀ ਗਾਰੰਟੀ ਇੱਕ ਇੱਕ ਚੀਜ਼ ਵੇਖ ਲਓ ਦੋਸਤੋ ਸਿਰ ਸਿੰਘ ਹਰ ਚੀਜ਼ ਦੋਸਤੋ ਤੁਹਾਨੂੰ ਖਾ ਰਿਹਾ ਹਰ ਪਾਸੂ ਚਾਰੇ ਅਗੜਾ ਨੂੰ ਤੁਹਾਨੂੰ ਦਸਲੀ ਕਰਾ ਰਹੇ ਹਾਂ ਠੀਕ ਹੈ ਦੋਸਤੋ ਕੋਈ ਵੀ ਲੈਣਾ ਚਾਵੇ ਦੋਸਤੋ ਤੇਨਾਂ ਨੇ ਤੁਹਾਨੂੰ ਫਾਈਨਲ ਡਿਮਾਂਡ ਵੀ ਦੱਸਨੇ ਆ ਨਸਲ ਵੀ ਦੱਸਨੇ ਆ ਬੜੀਆਂ ਨਸਲੀ ਕਟੀਆਂ ਨੇ ਠੀਕ ਹੈ ਇਹ ਪ੍ਰੈਗਨੈਂਟ ਹੋਣ ਵਾਸਤੇ 4 ਮਹੀਨੇ ਲਵਣ ਗਿਆ ਅਗਰ ਅੱਛੀ ਖੁਰਾਕ ਹੋਵੇ 4 ਮਹੀਨੇ ਪ੍ਰੈਗਨੈਂਟ ਹੋਣ ਤੇ ਲਵਣ ਗਿਆ 1 ਸਾਲ 4 ਮਹੀਨੇ ਦਾ ਪ੍ਰੋਜੈਕਟ ਜੇ ਗੱਲਾਂ ਖੁੱਲ ਕੇ ਤੇ ਵਾਅਦੇ ਤੁਹਾਨੂੰ ਕਰਦੇ ਵੀ ਐ ਤੇ ਨਾਲ ਹੁਣ ਮੈਂ ਤੁਹਾਨੂੰ ਮਜ਼ੀਦ ਆਪਣੇ ਵਾਲਨ ਸਾਹਿਬ ਕਿਉਂਕਿ ਤੁਹਾਨੂੰ ਪਤਾ ਹੈ ਮੇਰਾ ਚੈਨਲ ਵੀ ਆਪਣਾ ਹੈ ਤੇ ਮਾਲ ਵੀ ਆਪਣਾ ਆਪਦਾ ਹੀ ਹੈ ਨਾਲ ਤੁਹਾਨੂੰ ਆਪਦੇ ਵਾਲਦ ਸਾਹਿਬ ਕੋਲ ਵੀ ਇਹਨਾਂ ਦੀ ਇਨਫੋਰਮੇਸ਼ਨ ਮਜ਼ੀਦ ਲੈ ਕੇ ਦੱਸਣੇ ਆਏ ਡਿਮਾਂਡ ਵੀ ਦੱਸਣੇ ਆ ਵੀ ਕੀ ਮੰਗਦੇ ਪੈ ਨੇ ਤੇ ਕਿੰਨੇ ਦੀਆਂ ਨੇ ਅਸਲਾਮੁਅਲੈਕਮ ਜੀ ਵਾਲੈਕਮ ਸਲਾਮ ਜੀ ਅਬੂ ਜੀ ਕੀ ਮੰਗਦੇ ਪਿਓ ਇਹਨਾਂ ਕਟੀਆਂ ਦਾ ਇਹਨਾਂ ਦਾ ਮੁੱਲ ਤਾਂ 75000 ਰੁਪਏ ਮੰਗਨੇ ਆ ਨਹੀਂ ਮੁਹੱਬਤ ਨਾਲ ਆਪਾਂ ਤਾਂ ਪਤਾ ਹਮੇਸ਼ਾ ਥੋੜੀ ਰੋਜ਼ੀ ਲੈਣੀ ਆਪਣਾ ਵੀ ਖਿਆਲ ਕਰਨਾ ਤੇ ਅਗਲੇ ਬੰਦਿਆਂ ਦਾ ਵੀ ਕਰਨਾ ਹੈ ਯਾਰ ਮੁਹੱਬਤ ਕਰਕੇ ਹਾਂ ਜੀ 70000 ਰੁਪਇਆ ਲਾ ਲਵਾਂਗੇ ਅੰਦਾਜ਼ ਅੱਛਾ 70 ਕਰਾਇਆ ਵੀ ਤੁਹਾਡਾ ਹੈ ਕਿਰਾਇਆ ਵੀ ਸਾਡਾ ਹੋਵੇਗਾ ਜਿਹੜਾ 10 12 ਗੱਟੀਆਂ ਲਵੇਗਾ 15 ਲਵੇਗਾ ਉਹਦਾ ਹੀ ਕਿਰਾਇਆ ਹੋਵੇਗਾ ਹਾਂਜੀ ਜਿਹੜਾ ਲਵੇ 2 4 ਉਹਦਾ ਹੀ ਕਿਰਾਇਆ ਨਹੀਂ ਉਹ ਕਿਰਾਇਆ ਖਾਈ ਆਪਦਾ ਭਰੇਗਾ ਸਾਈ 2 4 ਲਵੇ ਕਿਰਾਇਆ ਆਪਦਾ ਜਿੱਦਲੇ ਸਿਰ ਤਾਮਨ ਹੋ ਸਕਿਆ ਕਰਾਂਗੇ ਹਾਂਜੀ ਨਾਲ ਤਾਮਨ ਹੋ ਗਿਆ ਉਹਨਾਂ ਬਿਨਾਵਾਂ ਦੋਸਤਾਂ ਨਾਲ ਤਾਮਨ ਕਰਾਂਗੇ ਇਨਸ਼ਾਅੱਲਾ ਜ਼ਰੂਰ ਕਰਾਂਗੇ 70000 ਰੁਪਇਆ ਫਾਈਨਲ ਦੋਸਤੋ ਡਿਮਾਂਡ ਹੈ ਤੇ ਕਿਰਾਇਆ ਵੀ ਵਿੱਚ ਅਸਾਂ ਦੇਣਾ ਹੁੰਦਾ ਪੂਰੇ ਪੰਜਾਬ ਦਾ ਹਾਂਜੀ ਕੋਈ 10 ਲੈਣਾ ਚਾਵੇ 8 ਲੈਣਾ ਚਾਵੇ 12 ਲੈਣਾ ਚਾਹਵੇ 17 ਲਵੇ ਕੋਈ 17 ਕਟੀਆਂ ਲਵੇ ਤੇ ਫਿਰ ਤੁਹਾਨੂੰ ਫਾਈਨਲ 65000 ਨੂੰ ਲੱਭ ਜਾਸੇ ਹਾਂਜੀ ਹੈ ਤੇ ਮੌਜੂਦਾ ਐਡਰੈਸ ਜ਼ਿਲ੍ਹਾ ਉਕਾੜਾ ਹੈ ਤੇ ਮੋਬਾਈਲ ਨੰਬਰ ਮੈਂ ਆਪਣਾ ਸਕਰੀਨ ਤੁਹਾਨੂੰ ਲਾ ਦੇਵਾਂਗਾ ਤੇ ابو ਜੀ ਦੱਸੋ ਆ ਕੱਟੀ ਦਾ ਵਜ਼ਨ ਕਿੰਨਾ ਪੈਲੇ ਨੰਬਰ 5 ਮੂਝ ਖੀਰੀ ਹੈ ਸਾਢੇ 3 ਮਣ ਵਜ਼ਨ ਹੈ ਸਾਢੇ 3 ਮਣ ਗੋਸ਼ਤ ਹੈ ਹਾਂਜੀ ਅੱਛਾ ਮੂਝ ਖੀਰੀ ਹੈ ਖੀਰੀ ਹੈ ਅੱਛਾ ਖੀਰੀ ਹੈ ਇੱਕ ਕੱਡੀ ਵਾਲੀ ਹੈ ਇੱਕ ਕੱਡੀ ਆ ਅਗਲੀ ਅਗਲੀ ਦੱਸੋ ਜੀ ਅਗਲੀ ਵੇਖ ਅਗਲੀ ਦਾ ਇਸ ਤੋਂ ਪੰਜ ਸੇਰ ਬਾਅਦ ਹੋਵੇਗੀ ਬਾਅਦ ਹੋਵੇਗੀ ਸਾਢੇ 3 ਮਣ ਇਹ ਵੀ ਕਰ ਲਓ ਇਹ ਵੀ 70000 ਚ ਹੈ ਹਾਂਜੀ ਇਹ ਵੀ ਮਾਸ਼ਾਅੱਲਾ ਜੀ ਇਹ ਵੀ ਮੈਂ ਵੀ ਤੇਰਾ ਪੁੱਤਰ ਹਾਂ ਤੇ ਜਿੰਨਾਂ ਲੈਣੀਆਂ ਨੇ ਉਹ ਵੀ ਇਨਸ਼ਾਅੱਲਾ ਤੁਹਾਡੇ ਪੁੱਤਰ ਹੀ ਹੋਣਗੇ ਪੁੱਤਰ ਪੁੱਤਰ ਹੋਵੇਂ ਭਰਾ ਹੋਵੇਂ ਉਹਨਾਂ ਨਾਲ ਵੀ ਇੰਝ ਜਿਵੇਂ ਮੇਰੇ ਨਾਲ ਮੁਹੱਬਤ ਪਿਆਰ ਕਰਦੇ ਨੇ ਉਹਨਾਂ ਨਾਲ ਵੀ ਐਵੇਂ ਕਰਨਾ ਉਹਨੇ ਅੱਜ ਤੋਂ ਪਹਿਲੇ 30 ਸਾਲ ਦਾ ਕੰਮ ਕਰਨਾ ਲੱਗਿਆ ਹਾਂ ਹਾਂਜੀ ਤੇ ਪਿਆਰ ਮੁਹੱਬਤ ਯਾਰ ਨਾਲ ਦੱਦਿਆ ਜ ਰੋਜੀ ਲਵੀਦੀ ਹਾਂਜੀ ਲੰਮਾ ਜੋੜਾ ਕਦੇ ਨਹੀਂ ਲਿਆ ਆਪਣੇ ਮਾਲ ਜਿਹੜਾ ਆਪਣੇ ਇਲਾਕੇ ਚ ਹੈ ਨਾ 15 16 ਕਟੀਆਂ ਦੇ ਇੱਕ ਇੱਕ ਦੋ ਦੋ ਲਵਨ ਵਾਲਾ ਆਪਣੇ ਹਫ਼ਤੇ ਦੇ ਵਿੱਚ ਆਪਣੇ 15 16 ਕਟੀਆਂ ਦੇ ਇੱਕ ਇੱਕ ਦੋ ਦੋ ਵੇਖ ਜਾਂਦੀਆਂ ਨੇ ਆਪਣੇ ਘਰੋਂ ਬੰਦੇ ਜਿਹੜੇ ਲੱਜ ਜਾਂਦੇ ਲੱਜ ਜਾਂਦੇ ਜਿਹੜਾ ਇੱਕ ਵਾਰੀ ਲੱਜ ਜਾਂਦਾ ਉਹ ਫਿਰ ਦੁਬਾਰਾ ਇਨਸ਼ਾਅੱਲਾ ਜ਼ਰੂਰ ਆਵੇਗਾ ਜਦੋਂ ਮੱਝ ਉਹਦੀ ਸੁੰਦੀ ਉਹ ਫਿਰ ਬੰਦਾ ਦੁਬਾਰਾ ਵੀ ਹੁੰਦਾ ਦੁਬਾਰਾ ਹੁੰਦਾ ਹੈ ਜ਼ੈਰ ਅੱਛਾ ਮਾਲ ਦੇਉਂਦੇ ਆ ਤਾਂ ਦੁਬਾਰਾ ਬੰਦੇ ਹੁੰਦੇ ਨੇ ਮੈਂ 30 ਸਾਲ ਤੋਂ ਕੰਮ ਕਰ ਰਿਹਾ ਹਾਂ ਸ਼ੁਰੂ ਤੋਂ ਮੈਨੂੰ ਇਹ ਆਦਤ ਮਾਲ ਹੱਥਾਂ ਲੈਣਾ ਤੇ ਚੰਗਾ ਲੈਣਾ ਹੈ ਮਾਸ਼ਾਅੱਲਾ ਮਾਲਾ ਡੰਗਰ ਨਹੀਂ ਲੈਣਾ ਭਾਵੇਂ ਅੱਡ ਕੀ ਮਤਤ ਜੀ ਲੱਭੇ ਅੱਛਾ ਜੇ ਮਾੜਾ ਡੰਗਰ ਕਿਸੇ ਨੇ ਦੇਵਾਂਗੇ ਕੋ ਬੰਦਾ ਹਟ ਕੇ ਦੁਬਾਰਾ ਨਹੀਂ ਆਵੇਗਾ ਨਹੀਂ ਆਵੇਗਾ ਮਾਸ਼ਾਅੱਲਾ ਡੰਗਰ ਡੰਗਰ ਦੇਵਾਂਗੇ ਤੇ ਬੰਦੇ ਦਾ ਹਰ ਦਿਨ ਦਿਲ ਕਰਦਾ ਬੰਦੇ ਤਿੰਨ ਤਿੰਨ ਚਾਰ ਚਾਰ ਦਫਾ ਲੈ ਕੇ ਮੱਝੀ ਸਵਾਕੇ ਕਿੰਨੀ ਦਫਾ ਵੀ ਹੱਟ ਛੱਡ ਕੇ ਮੇਰੇ ਕੋਲ ਆਣ ਚਾਹਤੇ ਗੋਲ ਜਾਣਾ ਮਾਸ਼ਾਅੱਲਾ ਮਾਸ਼ਾਅੱਲਾ ਦੋਸਤੋ ਤੁਸੀਂ ਆਪ ਵੇਖ ਲਓ ਸਾਰੀਆਂ ਕਟੀਆਂ ਦੀ ਪਾਲੀ ਪਸ਼ਮ ਉੱਤੇ ਖੜੀ ਐ ਇਹ ਦੁੱਧ ਪੀਤਣ ਦੀ ਗਰੋਥ ਕਰਨ ਨਿਸ਼ਾਨੀ ਨੇ ਕੁਝ ਹਰਾਵੀ ਦੀਆਂ ਨੇ ਕੁਝ ਨੀਲੀ ਦੀਆਂ ਨੇ ਕੁਝ ਰਾਵੀ ਦੀਆਂ ਨੇ ਆ ਗ੍ਰੋਥ ਦੇ ਨਿਸ਼ਾਨੀਆਂ ਨੇ ਜ਼ਾਹਿਰ ਹੈ ਮੱਜੀ ਥਲੇ ਦੁੱਧ ਸੀਤ ਇਹਨਾਂ ਗ੍ਰੋਥ ਕੀਤੀ ਹੈ ਠੀਕ ਹੈ ਐਵੇਂ ਨੀਲੀ ਤੇ ਰਾਵੀ ਦਾ ਮੁਕਾਬਲਾ ਹੈ ਨਹੀਂ ਅੱਛਾ ਨੀਲੀ ਦੀ ਬਾਤ ਜਾਂਦੀ ਕੋਈ ਰਾਵੀ ਦੀ ਬਾਤ ਜਾਂਦੀ ਅੱਛਾ ਦੋਵੇਂ ਗੱਡੀਆਂ ਪੂਰੀ ਪਾਕਿਸਤਾਨ ਅਜੇ ਦੋਵੇਂ ਨੀਲੀ ਤੇ ਰਾਵੀ ਮਸ਼ਹੂਰ ਨੇ ਟਾਪ ਤੇ ਤੇ ਦੋਵੇਂ ਮਿਲਦੇ ਨੇ ਟਾਪ ਤੇ ਦੋਵੇਂ ਇਹਨਾਂ ਦੋਨਾਂ ਦਾ ਮੁਕਾਬਲਾ ਹੋ ਜਾਂਦਾ ਕੋਈ ਨੀਲੀ ਨਹੀਂ ਬਾਤ ਜਾਂਦੀ ਕੋਈ ਰਾਵੀ ਦੀ ਬਾਤ ਜਾਂਦੀ ਰਾਵੀ ਦੀ ਬਾਤ ਮੁਕਾਬਲੇ ਜਾਰੀ ਨੇ ਦੋਵੇਂ ਮਾਸ਼ਾਅੱਲਾ ਹੁਣ ਦੋਸਤਾਂ ਨੂੰ ਨਾ ਇੱਕ ਇੱਕ ਕਰਕੇ ਸਮੇਂ ਨਾਲ ਥੋੜੀ ਖੋਲ ਕੇ ਵੀ ਦਿਖਾਣੇ ਆ ਦੋਸਤਾਂ ਨੂੰ ਤਾਂ ਕੇ ਅੰਦਾਜ਼ਾ ਹੋ ਜਾਵੇ ਦੋਸਤੋ ਜੇ ਸੌਦਾ ਕਰ ਸਕਦੇ ਹੋ 70000 ਰੁਪਏ ਫਾਈਨਲ ਪ੍ਰਾਈਸ ਹੈ ਕਿਰਾਇਆ ਵੀ ਹੈ ਅਗਰ ਕਿਰਾਇਆ ਤੁਹਾਡਾ ਹੋਵੇ ਤਾਂ 68000 ਰੁਪਏ ਜੀ ਦੋਸਤੋ ਚੈੱਕ ਕਰੋ ਦੋਸਤੋ ਮਾਸ਼ਾਅੱਲਾ ਕਾਲੇ ਬ੍ਰਾਂਡ ਸੋਹਣੀਆਂ ਖੂਬਸੂਰਤ ਕਟੀਆਂ ਨੇ ਇਹ ਇਨਸ਼ਾਅੱਲਾ 4 ਮਹੀਨੇ ਲੈਣਗੀਆਂ ਮਾਲਵੀ ਸਾਹਿਬ ਅੱਗੇ ਜਲਦੀ ਨਾਲ ਆਜੋ ਵੀਡੀਓ ਲੰਮੀ ਹੁੰਦੀ ਪਈ ਹੈ ਮਾਸ਼ਾਅੱੱਲਾ ਅਗਲੀ ਤੇ ਆਜੋ ਮਾਲਵੀ ਸਾਹਿਬ ਤੋਰ ਫਿਰ ਕੇ ਸਾਰੀਆਂ ਦਸ ਦਸ ਦੋਸਤਾਂ ਨੂੰ ਸੱਲੀ ਕਰਾ ਦੇ ਮੂੰਹ ਚੁਖੀਰੀਆਂ ਨੇ ਮੂੰਹ ਚੁਖੀਰੀਆਂ ਖੀਰੀਆਂ ਵਾ ਮਾਲਵੀ ਸਾਹਿਬ ਮੈਨੂੰ ਵੀ ਜ਼ਿਆਦਾ ਜ਼ਿਆਦਾ ਬੋਲ ਸਾਹਿਬ ਦੇ ਵਿੱਚ ਨਾ ਹਾਂਜੀ ਜ਼ਿਆਦਾ ਨਹੀਂ ਤੇ 2 ਗੁਣੇ ਨੀ ਰੂ ਨਾਲ ਮੁਨਾਫਾ ਰਹਾ ਮੈਂ ਜ਼ੈਰਾ 70 ਲਵਣ ਕੇ 2 ਗੁਣੇ 70 ਤੇ 70 1 ਦੂਣਾ 40 ਕੋਈ ਕੋਈ 5 ਲੱਖ ਤੂੰ ਘਟੇਗੀ ਖੀਰੀਆਂ ਅਸਲੀ ਗੱਟੀ 5 ਲੱਖ ਤੂੰ ਕੋਈ ਘੱਟੀ ਨਾ ਖੀਰੀਆਂ 5 ਲੱਖ ਤੂੰ ਕੋਈ ਵੀ ਨਹੀਂ ਘਟੇਗੀ ਕੋਈ ਵੀ ਇਨਸ਼ਾਅੱਲਾ ਕੋਈ ਵੀ ਨਾ ਘਟੇਗੀ 5 ਲੱਖ ਤਾਂ ਮੰਗਾਈ ਨਾਲ ਹੀ ਹੋ ਜਾਣਾ ਬਾਬਾ ਜੀ ਬਸ ਆਈ ਦਾ ਦੌਰ ਹੈ ਦੱਸਣਾ ਮੰਗਾਈ ਨਾਲ ਹੋ ਜਾਣਾ ਬੌਂਡ ਦਾ ਮੇ ਖੇ ਨੂੰ ਹੋ ਜਾਣਾ ਹਾਂਜੀ ਮਾਸ਼ੱਲਾ ਭਾਈ ਦੋਸਤੋ ਤੁਸੀਂ ਵੇਹਲ ਸੱਲੀ ਕਰ ਲੋ ਬਾਹਰ ਕੱਢ ਕੇ ਤੁਹਾਨੂੰ ਚੁਲਾ ਫਰਾ ਕੇ ਵੀ ਖਾਰੇ ਤੱਕ ਤੁਹਾਨੂੰ ਅੰਦਾਜ਼ਾ ਹੋ ਜਾਵੇ ਠੀਕ ਹੈ ਫਾਈਨਲ ਪ੍ਰਾਈਸ 70000 ਦਾ ਹੈ ਅਗਰ ਤੁਹਾਡਾ ਕਿਰਾਇਆ ਹੋਵੇ 68000 ਰੁਪਈਆ ਕੋਈ 10 ਲੈਣਾ ਚਾਵੇ 12 ਲੈਣਾ ਚਾਵੇ ਅਗਰ 17 ਲੈਂਦੇ ਹੋ 15 ਲੈਂਦੇ ਹੋ 65000 ਰੁਪਈਆ ਫਾਈਨਲ ਹੈ ਦੋਸਤੋ ਤਸੱਲੀ ਕਰ ਲੋ ਇਹ ਤੁਹਾਡੇ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੈ ਅੱਜ ਦੀ ਹੈ ਕੋਈ ਵੀ ਦੋਸਤ ਆਨਲਾਈਨ ਸੌਦਾ ਖਰੀਦ ਸਕਦਾ ਹੈ ਮਾਸ਼ਾਅੱਲਾ ਵੇ ਨੀਲੀ ਦੀਆਂ ਜ਼ਿਆਦਾ ਨੇ ਕੁਛ ਨਹੀਂ ਨੀਲੀ 라ਵੀ ਦੀਆਂ ਮੀਨੇ ਨੀਲੀ ਦਾ ਬ੍ਰਾਂਡ ਹੈ ਮਾਸ਼ਾਅੱਲਾ ਮਾਸ਼ਾਅੱਲਾ ਕੀ ਬਾਤ ਹੈ ਭਾਈ ਜਾਨ ਦੋਸਤੋ ਸੱਲੀ ਕਰੋ ਪਾਲਿ ਪਸ਼ਮ ਉੱਤੇ ਖੜੀ ਹੈ ਮਾਸ਼ਾਅੱਲਾ ਹੁਣ ਤੁਹਾਨੂੰ ਥਾਣਾ ਦੇ ਵੀ ਮਾੜੇ ਜੀ ਜਲਕ ਕਰਾਈਨੇ ਆ ਜੀ ਦੋਸਤਾਂ ਨੂੰ ਮਾਸ਼ਾਅੱਲਾ ਦੋਸਤੋ ਵੇਖੋ ਇੱਥੇ ਆ ਬਈ ਆ ਥਾਂ ਠੀਕ ਹੈ ਕਿ ਲਾਟੂ ਨੇ ਅੱਪੇ ਆਉਂਗਾ ਖਰ ਆ ਇੱਥੇ ਵਖਾ ਇੱਕ ਇੱਕ ਰਹਿ ਗਿਆ ਲੱਗਿਆ ਮਾਲ ਵੀ ਠੀਕ ਹੈ ਜੀ ਦੱਸਿਆ ਨਾ ਲਾਟੂ ਨੇ ਪਾਈ ਪੀੜ ਦੇ ਪਾਲੇ ਸੋਹਣੇ ਨੇ ਸੋਹਣੇ ਨੇ ਵਖਾ ਬਈ ਆ ਤਸੱਲੀ ਦੋਸਤੋ ਕਰੋ ਇੰਜ ਤਸੱਲੀਆਂ ਦਾ ਕੋਈ ਬੰਦਾ ਵਖਾਈਂਦਾ ਹੈ ਤਸੱਲੀਆਂ ਕਰੋ ਚਾਰੇ ਥਣ ਮਾਸ਼ਾਅੱਲਾ ਮੋਟੇ ਥਣ ਆ ਗੋਟੇ ਕੋ ਗੱਲ ਹੀ ਦੋਸਤੋ ਅਗਲੀ ਤੇ ਆ ਜਾ ਬਈ ਸਾਰਿਆਂ ਦੇ ਥਣ ਤਸੱਲੀ ਨ ਤਸੱਲੀਆਂ ਕਰਾ ਦਿੰਦੇ ਆ ਦੋਸਤੋ ਮਾਸ਼ਾਅੱਲਾ ਅਗਲਿਆਂ ਦੇ ਵੀ ਖਾਈ ਆਓ ਭਾਈ ਜੀ ਮਾਸ਼ਾਅੱਲਾ ਠੀਕ ਹੋ ਗਿਆ ਮਾਲਵੀ ਸਾਹਿਬ ਦੋਸਤੋ ਵੇਖੋ ਤਸੱਲੀਆਂ ਕਰ ਖਾਇਆ ਖਾਇਆ ਬਈ ਔਖਿਆ ਨਾ ਕਰ ਮਾਸ਼ਾਅੱਲਾ ਕਾਲੇ ਸ਼ਾ ਸੋਹਣੇ ਗੁੱਲੇ ਜਿਵੇਂ ਛੁਆਰੇ ਹੁੰਦੇ ਨੇ ਦੋਸਤੋ ਅਗਰ ਤੋਰੀ ਆ ਬਈ ਚੱਕਰ ਕਰ ਜਾ ਇਹ ਲੈ ਗਿਰਥ ਸੱਲੇਗਾ ਆਈਐਸ ਦੀ ਵਿਖਾ ਭਾਈ ਗਿਰਥ ਗਿਰਥ ਵੀ ਚੱਕ ਕਾਰਾ ਹੁਣੇ ਨਾਲ ਐਸ ਐਸ ਆ ਜਾ ਦੋਸਤੋ ਸੱਲੀ ਕਰ ਲੋ ਮਾਸ਼ਾਅੱਲਾ ਸਾਰੇ ਥਣਾਂ ਦੀ ਤੁਹਾਨੂੰ ਸੱਲੀ ਕਰਾ ਦਿੱਤੀ ਕੋਈ ਵੀ ਦੋਸਤ ਲੈਣਾ ਚਾਵੇ ਫਾਈਨਲ ਪ੍ਰਾਈਸ ਜਿਹੜੀ ਹੈ 70000 ਰੁਪਇਆ ਹੈ ਤੇ ਪੂਰੇ ਪੰਜਾਬ ਦੀ ਡਿਲੀਵਰੀ ਹੈ ਪੂਰੇ ਪੰਜਾਬ ਦੀ ਡਿਲੀਵਰੀ ਹੈ ਇਹ ਵੀ ਵੇਖ ਸਕਦੇ ਹੋ ਠੀਕ ਹੈ ਮਜ਼ੀਦ ਵਿੱਚ ਉਹ ਵੀ ਕਟੀਆਂ ਖੜੀਆਂ ਨੇ ਇਹਦੇ ਵਿੱਚ ਖੜੀਆਂ ਠੀਕ ਇਹ ਵੱਡੀਆਂ ਨੇ ਉਹ ਬਾਕੀ ਤੋਂ ਕੁਛ ਛੋਟੀਆਂ ਨੇ ਦੋਸਤੋ ਦੇਖ ਸਕਦੇ ਹੋ ਬਾਈ ਜਾਨ ਇਹ ਕਟੀਆਂ ਜੇ ਮਾਸ਼ਾਅੱਲਾ ਤੁਹਾਨੂੰ ਪਤਾ ਹੈ ਹਮੇਸ਼ਾ ਦੀ ਤਰ੍ਹਾਂ ਅੱਛਾ ਮਾਲ ਟਾਪ ਕੁਆਲਿਟੀ ਦੇ ਲੈ ਕੇ ਆਉਂਦੇ ਆਂ ਨੀਲੀ ਰਾਵੀ ਦਾ ਮਾਲ ਹੈ ਤੇ ਨੀਲੀ ਰਾਵੀ ਵਿੱਚ ਹੀ ਰਹਿਨੇ ਆ ਨੀਲੀ ਰਾਵੀ ਦਾ ਹੀ ਮਾਲ ਆ ਤੇ ਨੀਲੀ ਰਾਵੀ ਵਿੱਚ ਹੀ ਰੰਨੇ ਆ ਕੋਈ ਵੀ ਦੋ ਲੈਣਾ ਚਾਵੇ ਆਨਲਾਈਨ ਆ ਕੇ ਤੁਸੀਂ ਪਰਚੇਸ ਕਰ ਸਕਦੇ ਹੋ ਤੇ ਅਗਰ ਵੀਡੀਓ ਤੁਹਾਨੂੰ ਲੱਗੇ ਜ਼ਿਆਦਾ ਅੱਛੀ ਸਾਡੇ ਚੈਨਲ ਨੂੰ ਕਰੋ ਜ਼ਿਆਦਾ ਜ਼ਿਆਦਾ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰੋ ਦੋਸਤਾਂ ਨਾਲ ਅੱਜ ਦੀ ਵੀਡੀਓ ਲਈ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼ ਆਪਣਾ ਬਹੁਤ ਸਾਰਾ ਖਿਆਲ ਰੱਖਣਾ